ਪੰਜਾਬ ਸਰਕਾਰ ਹੁਣ ਸੂਬਿਆਂ ਦੇ ਅੰਦਰ ਬਣੇ ਥਾਣਿਆਂ ਦੀ ਨੁਹਾਰ ਬਦਲਣ ਜਾ ਰਹੀ ਹੈ, ਜਿਸ ਦੇ ਨਾਲ ਥਾਣਿਆਂ ਨੂੰ ਸਮਾਰਟ ਕੀਤਾ ਜਾਵੇਗਾ ਤੇ ਨਾਲ ਹੀ ਮੁਲਾਜ਼ਮਾਂ ਨੂੰ ਖਾਸ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਕਿਉਂਕਿ ਥਾਣਿਆਂ ਦੀ ਨੁਹਾਰ ਬਦਲਣ ਦਾ ਕੰਮ ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਉਦਘਾਟਨ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਦੇ ਵੱਲੋਂ ਕੀਤਾ ਗਿਆ। ਇਸ ਦੌਰਾਨ ਵਿਧਾਇਕ ਵੇਰਕਾ ਦੇ ਵੱਲੋਂ ਇਸ ਥਾਣੇ ਦੀ ਨਵੀਂ ਬਣਾਈ ਜਾਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਦੇ ਨਾਲ ਹੁਣ ਇਸ ਇਮਾਰਤ ਨੂੰ ਅਪਗ੍ਰੇਡ ਕੀਤਾ ਜਾਵੇਗਾ। ਸਟੇਸ਼ਨ ਕੰਟੋਨਮੈਂਟ ਥਾਣਾ, ਕਿਉਂਕਿ ਜਿਹੜੀ ਸਾਡੀ ਫੋਰਸ ਹੈ ਇਹ ਬਾਰਡਰ ਏਰੀਆ, ਔਰ ਇੱਥੇ ਬਹੁਤ ਸਾਰਾ ਪ੍ਰੈਸ਼ਰ ਸਾਡੇ ਪੁਲਿਸ ਅਫਸਰਾਂ ਦੇ ਉੱਪਰ ਔਰ ਸਾਡੇ ਜਿਹੜੇ ਹੈਗੇ ਆ ਕਾਂਸਟੇਬਲ ਫੋਰਸ ਉਹਨਾਂ ਦੇ ਉੱਪਰ ਰਹਿੰਦਾ ਹੈ, ਔਰ ਉਹਨਾਂ ਨੂੰ ਢੰਗ ਦੀ ਜਗ੍ਹਾ ਬਹਿਣ ਖਲੋਣ ਨੂੰ ਵੀ ਇਹ ਨਹੀਂ ਹੈ, ਔਰ ਉਹਦਾ ਕਾਰਨ ਇਹ ਹੈ ਕਿ ਇਹ ਫੋਰਸ ਵਿਚਾਰੀ ਥੱਕ ਟੁੱਟ ਕੇ ਆ ਕੇ ਆਰਾਮ ਕਰਨ ਨੂੰ ਛੱਤ ਵੀ ਨਹੀਂ, ਔਰ ਉਹਦਾ ਕਾਰਨ ਹੈ ਕਿ ਅੱਜ ਸਾਡੇ ਪੁਲਿਸ ਕਮਿਸ਼ਨਰ ਇਸ ਗੱਲ ਦੇ ਉੱਪਰ ਕਾਫੀ ਚਿੰਤਾ ਦੇ ਵਿੱਚ ਹੈ, ਔਰ ਉਹਨਾਂ ਨੇ ਇਸ ਗੱਲ ਵਾਸਤੇ ਪੂਰੀ ਮਿਹਨਤ ਦੇ ਨਾਲ ਕੀਤਾ, ਔਰ ਸਰਕਾਰ ਨੇ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਜਿੰਨੇ ਵੀ ਪੁਲਿਸ ਸਟੇਸ਼ਨ ਹੈਗੇ ਹੈ ਉਹ ਜਿੱਥੇ ਮਾਡਰਨ ਪੁਲਿਸ ਸਟੇਸ਼ਨ ਬਣਾ ਰਹੇ ਹੈ ਔਰ ਉੱਥੇ ਆਪਣੀ ਫੋਰਸ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣ ਦਾ ਸਰਕਾਰ ਨੇ ਇਹ ਵਚਨ ਕੀਤਾ ਹੈ। ਅੱਜ ਇੱਥੇ ਇਹ ਫੋਰਸ ਵਾਸਤੇ ਕਮਰਿਆਂ ਦੀ ਜਿਹੜੀ ਸ਼ੁਰੂਆਤ ਹੈ ਉਹਦਾ ਆਰੰਭ ਕੀਤਾ ਹੈ, ਔਰ ਬਿਜਲੀ ਦੇ ਬਿੱਲ ਵੀ ਕਾਫੀ ਮੋਟੇ ਆਉਂਦੇ ਹੈ, ਔਰ ਇਹ ਛੱਤ ਦੇ ਉੱਪਰ ਸੋਲਰ ਸਿਸਟਮ ਲਗਾ ਕੇ ਔਰ ਇਹਨਾਂ ਦਾ ਬੜੀ ਜਲਦੀ ਅਸੀਂ ਇਹ ਜਿਹੜਾ ਬਿਜਲੀ ਦਾ ਬਿੱਲ ਮੁਕਤ ਇਹਨਾਂ ਨੂੰ ਕਰਾਂਗੇ, ਔਰ ਜਿੰਨੀ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਨੂੰ ਰਿਲੀਫ ਮਿਲੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇੱਕ ਵਚਨ ਹੈ ਕਿ ਹਰ ਘਰ ਦੇ ਵਿੱਚ ਵਿਕਾਸ ਦਾ ਮਤਲਬ ਹੈ ਚੌ ਤਰਫਾ ਵਿਕਾਸ, ਹਰ ਪਾਸੇ ਵਿਕਾਸ ਨਜ਼ਰ ਆਏ, ਹਰ ਤਰਫੇ ਕੰਮ ਨਜ਼ਰ ਆਏ, ਇਹਦਾ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਵੇਰਕਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਥਾਣਿਆਂ ਦੇ ਅੰਦਰ ਸੋਲਰ ਸਿਸਟਮ ਵੀ ਲਗਵਾਏ ਜਾਣਗੇ ਤਾਂ ਜੋ ਥਾਣਿਆਂ ਦੇ ਅੰਦਰ ਬਿਜਲੀ ਦੇ ਬਿੱਲ ਨੂੰ ਘੱਟ ਕੀਤਾ ਜਾ ਸਕੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।